ਰੰਗਾਂ ਦਾ ਤਿਉਹਾਰ ਹੋਲੀ ਅੱਜ ਹਰ ਪਾਸੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਬਹੁਤ ਥਾਈਂ ਹੋਲੀ ਮੌਕੇ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਏ ਗਏ। ਹੋਲੀ ਦੇ ਮੱਦੇਨਜ਼ਰ ਪੁਲਿਸ ਵੱਲੋਂ ਚੰਡੀਗੜ੍ਹ ਅਤੇ ਹੋਰਾਂ ਮਹਾਂਨਗਰਾਂ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਮੁੰਬਈ, ਦਿੱਲੀ, ਚੰਡੀਗੜ੍ਹ ਅਤੇ ਗੁੜਗਾਉਂ ਵਿੱਚ ਨੌਜਵਾਨਾਂ ਵੱਲੋਂ ਵੱਡੇ ਪੱਧਰ 'ਤੇ ਹੋਲੀ ਮਨਾਈ ਗਈ। ਉੱਧਰ ਭਾਰਤ ਪਾਕਿਸਤਾਨ ਸਰਹੱਦ ਉੱਤੇ ਅਟਾਰੀ ਵਿਖੇ ਵੀ BSF ਦੇ ਜਵਾਨਾਂ ਨੇ ਇੱਕ ਦੂਜੇ ਦੇ ਰੰਗ ਲਗਾ ਕੇ ਖੂਬ ਹੋਲੀ ਖੇਡੀ। ਇਸ ਦੌਰਾਨ BSF ਦੇ ਪੁਰਸ਼ ਜਵਾਨਾਂ ਦੇ ਨਾਲ ਨਾਲ ਮਹਿਲਾ ਕਾਂਸਟੇਬਲਾਂ ਨੇ ਵੀ ਇੱਕ ਦੂਸਰੇ ਨੂੰ ਗੁਲਾਲ ਲਗਾ ਕੇ ਆਪਣੇ ਘਰਾਂ ਤੋਂ ਦੂਰ ਸਰਹੱਦ ਉੱਤੇ ਹੋਲੀ ਮਨਾਈ। ਇਸ ਮੌਕੇ ਲਾਹੌਰ ਤੋਂ ਆਉਣ ਵਾਲੇ ਪਾਕਿਸਤਾਨੀ ਸੈਲਾਨੀਆਂ ਨੇ ਵੀ BSF ਦੇ ਜਵਾਨਾਂ ਨਾਲ ਮਿਲ ਕੇ ਹੋਲੀ ਮਨਾਈ ਅਤੇ ਖੂਬ ਆਨੰਦ ਮਾਣਿਆ। देखिए, होली रंगों का त्यौहार है, प्यार का त्यौहार है, और BSF का तो ये नारा है कि मोहब्बत बांटिए, और हम इस देशवासियों को, अपने देशवासियों को मोहब्बत करना सिखा भी रहे हैं, जिस तरह हम सरहदों की हिफाजत कर रहे हैं। इससे हमने पैगाम भी दिया है और मैसेज भी दिया है कि देशवासी सुरक्षित हैं और सरहदें महफूज हैं, इसलिए लोग खूब अच्छे तरीके से होली मनाएं और इस बात का विश्वास रखें कि BSF सरहद पर तैनात है और वो महफूज है। ਅਸੀਂ ਬਹੁਤ ਇੰਜੋਏ ਕਰ ਰਹੇ ਹਾਂ, ਘਰ ਦੀ ਇੱਕਦਮ ਯਾਦ ਵੀ ਨਹੀਂ ਆ ਰਹੀ। ਇੱਥੇ ਸਾਰਿਆਂ ਦੇ ਨਾਲ ਮਿਲ ਕੇ ਕਰ ਰਹੇ ਹਾਂ, ਨਾਲ ਭਰਾਵਾਂ ਦੇ ਨਾਲ ਮਿਲ ਕੇ ਹੋਲੀ ਮਨਾ ਰਹੇ ਹਾਂ, ਅਤੇ ਵੀ ਬਿਲਕੁਲ ਵੀ ਅਹਿਸਾਸ ਜਿਹਾ ਨਹੀਂ ਹੋ ਰਿਹਾ ਵੀ ਅਸੀਂ ਕਰ ਰਹੇ ਹਾਂ ਵੀ ਇੱਥੇ ਇੱਕੋ ਜਿਹੀ ਲੱਗ ਰਿਹਾ ਹੈ। ਹਾਂਜੀ, ਬਹੁਤ ਮਜ਼ਾ ਆਇਆ, ਬਹੁਤ ਇੰਟਰਟੇਨਿੰਗ ਥਾ। ਉਹਨਾਂ ਨੇ ਆ ਕੇ ਹਮੇ ਕਲਰਸ ਲਗਾਏ ਔਰ ਬਹੁਤ ਅੱਛਾ ਲੱਗ ਰਿਹਾ ਹੈ। ਪਾਕਿਸਤਾਨ ਮੈਂ ਹੋਤੀ ਹੈ, ਕਭੀ ਕਭਾਰ ਹੋਲੀ ਹੋ ਜਾਤੀ ਹੈ। ਅਭੀ ਤੋ ਅੱਛਾ ਲੱਗ ਰਿਹਾ, ਬਹੁਤ ਜ਼ਿਆਦਾ, ਬਹੁਤ ਫ੍ਰੈਂਡਲੀ ਫੀਲਿੰਗ ਆ ਰਹੀ ਹੈ, ਬਹੁਤ ਅੱਛਾ ਲੱਗ ਰਿਹਾ ਹੈ, ਬਹੁਤ ਅੱਛਾ ਲੱਗ ਰਿਹਾ ਉਹਨਾਂ ਨੇ ਆ ਕੇ ਹਮੇ ਇਤਨਾ ਮਤਲਬ ਫ੍ਰੈਂਡਲੀਨੈਸ ਕੇ ਸਾਥ ਕੀਆ ਹੈ, ਔਰ ਬਿਲਕੁਲ ਐਸਾ ਨਹੀਂ ਲੱਗ ਰਿਹਾ ਕਿ ਮੈਂ ਕਹੀਂ ਔਰ ਆਈ ਹੋਈ ਹੂੰ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।